살지는 앞선 마이파이 इतने भी सतगुरु जी की पवित्र हजूरी विच पहुंचे हो सारे अपने रसना की सफलता वास्ते शब्द बोलने की खेचल करो रोज वांग पहले हिस्से विच दास बोलेगा दूसरे हिस्से में सब भाई और तीसरे हिस्से में सब बीबियां भी शब्द विच बोल के अपनी रचना पवित्र बना सब तेरी वडियाई मेरे साहिबा कोई नाम न जाने मेरा तेरी वडियाई मेरे साहिबा कोई नाम न जाने मेरा
ਵਸ ਰਹਿਤਾ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਅਵਰ ਨਾ ਕੋ ਦੂਜਾ ਸੂਜੈ ਸੱਚ ਲੱਖ ਰੁਪੇਵਾ ਜੀਤ ਆਵੈ ਤਾਂ ਸਦਾ ਦਯਾਲਾ ਲੋਗਨ ਕਿਆ ਵਿਚਾਰੇ ਪੁਰਾ ਭਲਾ ਕਾ ਕਿਛ ਨੂੰ ਕਹੀਐ ਸਗਲੇ ਜੀ ਤੁਮਾਰੇ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰਾਖੇ ਜਿਸ ਦਿਨ ਉੱਪਰ ਤੇਰੀ ਕਿਰਪਾ ਤਿਸ ਕਾ ਵਿਪਨਾ ਕੋ ਭਾਖੇ ਓ ਸੁਖੋ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾਮ ਮਿਲੈ ਰੰਗ ਮਾਣੀ ਤੁਦਿਆ ਗੈਰ ਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ ਹੈ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ ਹੈ ਤੇਰੀ ਵਡਿਆਈ ਹੈ ਪੂਰੀ ਸਭ ਤੇਰੀ ਵਡਿਆਈ ਹੈ ਤੇਰੀ ਵਡਿਆਈ ਹੈ ਤੇਰੀ ਵਡਿਆਈ ਹੈ ਸਭ ਤੇਰੀ ਵਡਿਆਈ ਹੈ ਸਾਡੇ ਸੰਗਤ
ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੇ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ। ਆਪਣੇ ਵਿਹਾਰ ਕਾਰ ਛੱਡ ਕੇ ਦੂਰੋਂ ਦੀ ਨੂੰ ਚੱਲ ਕੇ ਜੋ ਆਪ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਏ ਹੋ, ਇੱਥੇ ਆ ਕੇ ਥੋੜੇ ਸਮੇਂ ਤੋਂ ਬਹੁਤਾ ਲਾਭ ਉਠਾਉਣ ਦਾ ਯਤਨ ਕਰੋ। ਗੁਰੂ ਚਰਨਾਂ 'ਚ ਨਮਸਕਾਰ ਕਰਕੇ ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠਦੇ ਜਾਓ। ਫਿਰ ਆਪਣੇ ਬੁੱਧ ਰੂਪੀ ਬਰਤਨ ਨੂੰ ਪੂਰੀ ਤਰ੍ਹਾਂ ਸ਼ਬਦਾਂ ਵਿਚਾਰ ਦੇ ਸਨਮੁਖ ਕਰਕੇ ਗੁਰੂ ਕੀ ਪਵਿੱਤਰ ਬਾਣੀ ਨੂੰ ਸਿਰ ਦੇ ਅੰਦਰ ਥਾਂ ਦੇਣ ਦੀ ਕੋਸ਼ਿਸ਼ ਕਰੋ। ਜੋ ਆਪਣੇ ਇੱਥੇ ਆਉਣ ਦਾ ਮਨੋਰਥ ਹੈ, ਸਰ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਕਲਿਆਣ ਵਾਸਤੇ, ਸਾਨੂੰ ਸਿਰ ਦੇਣ ਵਾਸਤੇ ਜਿਹੜੀ ਇਹ ਸਤਸੰਗਤ ਦੀ ਪ੍ਰਪਾਟੀ ਪ੍ਰਚਲਿਤ ਕੀਤੀ ਹੈ। ਹਮ ਚੁਨਾ ਦਰ ਮਜ਼ਹਬ ਬੇਈ ਸਾਧ ਸੰਗਤ, ਤੇ ਕੌਣ ਆਉਂਦੇ ਨੇ ਰੱਬ ਦੇ ਰੰਗ ਵਿੱਚ ਰਿੱਤੇ ਹੋਏ ਗੁਰਮੁਖ, ਕਦ ਮੁਹੱਬਤ ਬਾ ਖੁਦਾ ਦਰੰਦ ਰੰਗ। ਰੱਬ ਦੇ ਪਿਆਰ ਵਿੱਚ ਰਿੱਤੇ ਹੋਏ ਗੁਰਮੁਖ ਤੇ ਜੁੜਮਿਲ ਕੇ ਬੈਠਦੇ ਨੇ ਗਿਰਦ ਮੇ ਅਜ ਦੰਦ ਦਰਮਾਹੇ ਤੋਂ ਬਾਹਰ, ਬਹਿਰ ਜ਼ਿਕਰ ਖਾਸ ਹੈ ਪਰਵਤਗਾਰ। ਖਾਸ ਤੌਰ 'ਤੇ ਉਚੇਚੇ ਤੌਰ 'ਤੇ ਉਸ ਪ੍ਰਤਪਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਲਈ। ਸਤਸੰਗਤ ਕਿਹੋ ਜਿਹਾ ਠਿਕਾਣਾ ਹੈ ਜਿੱਥੇ ਆ ਕੇ ਆਪਾਂ ਆਤਮ ਚਿੰਤਨ ਕਰਨਾ ਹੈ, ਜਿਸ ਮਨੋਰਥ ਵਾਸਤੇ ਮਾਨਵਤਾ ਨੂੰ ਪ੍ਰਾਪਤ ਹੋਇਆ ਹੈ। ਬਸ ਸਤਸੰਗਤ ਬਣੀ ਹੈ ਉਸ ਮਨੋਰਥ ਨੂੰ ਯਾਦ ਕਰਵਾਉਣ ਵਾਸਤੇ, ਰਿਮਾਇੰਡ ਕਰਵਾਉਣ ਵਾਸਤੇ ਕਿ ਭਾਈ ਪ੍ਰਾਪਤ ਮਾਨੁਖ ਦੇਵਰੀ ਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਐ ਜੀਵ, ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਰੱਖ। ਰਮਈਆ ਕੇ ਗੁਣ ਚੇਤ ਪ੍ਰਾਣੀ, ਅਕਾਲ ਪੁਰਖ ਵਾਹਿਗੁਰੂ ਦੇ ਕਿਹੜੇ ਗੁਣ ਨੂੰ ਵਿਸ਼ੇਸ਼ ਤੌਰ 'ਤੇ ਚੇਤੇ ਰੱਖਣਾ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਕੀ ਸੀ? ਇੱਕ ਗੰਦਗੀ ਦੇ ਕਿਣਕੇ ਤੋਂ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਤੇਰੀ ਸਿਰਜਣਾ ਕੀਤੀ ਹੈ। ਬਿੰਦ ਤੇ ਜਿਨ ਪਿੰਡ ਕੀਆ, ਮਾਤਾ ਦੀ ਜਾਂ ਦੰਪਤੀ ਮਾਤਾ ਪਿਤਾ ਦੀ ਰਕਤ ਬਿੰਦ ਤੋਂ, ਬਿੰਦ ਤੇ ਜਿਨ ਪਿੰਡ ਕੀਆ, ਪਿੰਡ ਤੋਂ ਭਾਵ ਸਰੀਰ, ਸਰੀਰ ਦੀ ਬਣਾਵਟ ਬਣਾਈ। ਫਿਰ ਕੁੰਭੀ ਨਰਕ ਵਿੱਚ ਜਿੱਥੇ ਜਠਰਾਗ ਨੂੰ ਸਾੜਦੀ ਸੀ,
अग्न कुंड दिखाया। जिस अकाल पुरख वाहेगुरु ने उत्थे भी तेरी रक्षा की, जननी केरे उदर उदुक माहे, पिंड किया दस द्वारा। दे आहार अग्नि में रखे ऐसा खसम हमारा, अपनी उस खसम उस मालिक नू अकाल पुरख वाहेगुरु नू हमेशा याद रख। जिहड़े तेरे पुरख ने उपकार किए ने उन्हां प्रति हमेशा कृतज्ञ रह। उस सार संगत बहुत वड्डी बख्शिश है अकाल पुरख वाहेगुरु दी जीव दे उपर। पहली बख्शिश है जो तमाम दुनिया की सरदार देही मानवता नूं बख्श दिता, 84 लाख होर भी तो जूनिया ने, तो किसी होर जूनी विच भी पा सकता सी जे उसने अशरफुल मखलूकात अवर जून तेरी पनिहारी, इस धरती में तेरी सिकदारी, तेनू सब तो श्रेष्ठ जूनी बख्शी है, अब मानवता नूं बख्श दिता है। पहला तो यो ही बहुत वड्डा उपकार है अकाल पुरख का। फिर शरीर के बड़े दुर्लभ अंग बख्शे ने, आरोग्यता दिती है, देखने वास्ते अखां दित्तियां ने, बोलने वास्ते जबान दिती है, सुनने वास्ते कन दिते ने, कम करने वास्ते हथ, चलने वास्ते पैर, सोचने वास्ते दिमाग दिता है। तो कई बार परमात्मा अकाल पुरख वाहेगुरु कई मानव तन से बख्श दिता है, पर जीव के किसी पूर्वले पाप कर्म का फल किसी ने औखा नहीं दिता, वो देख नहीं सकते, किसी को कन नहीं दिता, वो सुन नहीं सकते, ना जबान नाल बोल सकते ने। कई जन्म तो ही अपाहज होते ने, सारे संत मानुक तन ते उन्हां नूं भी मिलिया है, पर जिहड़ा अंग परमात्मा ने अकाल पुरख वाहेगुरु ने उन्हां नूं नहीं बख्शिया, उन्हां दे पासों पुछ के देखो संग दी कीमत। कोई नेत्रहीन बंदा होवे उहदे सामने इक पासे पई होवे सारी दुनिया की दौलत, और दूजे पासे पईयां होण दो अखां, उन्हों पुछा जावे तो दोनों विचों एक दी चोण करनी है, बस तेनों सारी दुनिया की दौलत चाहिए या दो अखां चाहिए। सारे संगतों का उत्तर की होगा अंदाजा तो आप भी ला सकते हैं, और उस नेत्रहीन के पासों पुछा जाए वो तरजीह देगा दो अखां। खुदा ना खास्ता किसी हादसे विच किसी की कोई टंग या बांह कटी जाए, उन्हों कोई डॉक्टर कह देवे, जिस तरह अजकल जी मेडिकल साइंस है ये विच जिहड़े अंग ट्रांसप्लांट करने वाले ये ऑपरेशन भी सक्सैसफुल हो गए ने, उन्हों पूछा जाए भी जिहड़ी तेरे पास जमीन जायदाद है, जिहड़ा तेरे पास धन दौलत है,
ਵੀ ਇਹਦੇ ਬਦਲੇ ਦੇ ਵਿੱਚ ਤੇਰਾ ਫਿਰ ਸਰੀਰ ਫਿਰ ਤੋਂ ਸਾਬਤ ਹੋ ਸਕਦਾ ਹੈ, ਜੇ ਜਿਹੜਾ ਤੇਰਾ ਅੰਗ ਪੈਰ ਕੱਟਿਆ ਗਿਆ ਹੈ ਉਹ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ, ਦੱਸ ਤੂੰ ਤਿਆਰ ਹੈ ਜਾਂ ਨਹੀਂ। ਸਾਧ ਸੰਗਤ ਆਪਣਾ ਉਹ ਅੰਗ ਟਰਾਂਸਪਲਾਂਟ ਕਰਾਉਣ ਵਾਸਤੇ ਉਹ ਲੱਖਾਂ ਕਰੋੜਾਂ ਰੁਪਏ ਖਰਚਣ ਵਾਸਤੇ ਤਿਆਰ ਹੋ ਜਾਵੇਗਾ, ਪਰ ਜੇ ਪਰਮਾਤਮਾ ਨੇ ਅਕਾਲ ਪੁਰਖ ਹੋਏ ਉਹਨੇ ਪਹਿਲਾਂ ਹੀ ਸਾਬਤ ਸਰੀਰ ਦਿੱਤਾ ਹੈ, ਆਰੋਗ ਸਰੀਰ ਦਿੱਤਾ ਹੈ, ਜਿਸ ਮਾਲਕ ਨੇ ਇਤਨੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਉਸ ਮਾਲਕ ਦਾ ਸ਼ੁਕਰ ਨਹੀਂ ਕਰਨਾ ਚਾਹੀਦਾ। ਔਰ ਜੇ ਪਰਮਾਤਮਾ ਦੇ ਪਾਸੋਂ ਇਤਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਜੀਵ ਉਸਦਾ ਸ਼ੁਕਰ ਨਹੀਂ ਕਰਦਾ, ਉਸਦਾ ਦਰਜਾ ਸਰ ਸੰਗਤ ਅਹਿਸਾਨ ਫਰਾਮੋਸ਼ਾਂ ਵਿੱਚ ਮੰਨਿਆ ਗਿਆ ਹੈ, ਅਕਿਰਤ ਕਣ ਜਿਹੜੇ ਦੁਨੀਆਂ ਦੇ ਸਭ ਤੋਂ ਵੱਡੇ ਅਪਰਾਧੀ ਮੰਨੇ ਨੇ ਭਾਈ ਗੁਰਦਾਸ ਜੀ ਨੇ, ਮਦ ਵਿੱਚ ਰਿੱਧਾ ਪਾਇਕ ਹੈ, ਕੁੱਤੇ ਦਾ ਮਾਸ ਤਰਿਆ, ਮਾਣਸ ਖੋਪੜੀ ਸਣਮੰਦੀ ਵਾਸ, ਰਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢਕਲਾ ਚੱਲੀ ਚੂੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਏ ਵਿਸ਼ਵਾਸ, ਨਦਰੀ ਪਵੈ ਅਕਿਰਤ ਘਣ ਮਤ ਹੋਏ ਵਿਨਾਸ਼। ਭਾਈ ਗੁਰਦਾਸ ਜੀ ਦੀ ਇਸ ਪੌੜੀ ਦੀ ਕਈ ਵਾਰ ਆਪਣੀ ਵਿਆਖਿਆ ਸੁਣੀ ਹੋਵੇਗੀ, ਕਿਸੇ ਬਹੁਤ ਨੀਚ ਜਾਤ ਦੀ ਔਰਤ ਨੇ ਕੁੱਤੇ ਦਾ ਮਾਸ ਤਿੰਨਿਆਂ ਇਨਸਾਨ ਦੀ ਖੋਪੜੀ ਦੀ ਹਾਂਡੀ ਬਣਾ ਕੇ ਉਹਦੇ ਵਿੱਚ ਰਲਾਈ ਸ਼ਰਾਬ, ਉਸਨੂੰ ਰਿੰਨ ਕੇ ਇੱਕ ਬਹੁਤ ਨਿਹਾਇਤ ਗੰਦੇ ਮੈਲੇ ਕੁਚਾਲੇ ਕੱਪੜੇ ਨਾਲ ਢੱਕ ਕੇ ਕਿਸੇ ਪਾਸੇ ਲਿਜਾ ਰਹੀ ਹੈ। ਰਾਹ ਜਾਣ ਵਾਲਾ ਪੁੱਛਦਾ ਵੀ ਐਸੀ ਭੈੜੀ ਚੀਜ਼ ਨੂੰ ਤਾਂ ਢੱਕ ਕਿਉਂ ਲਿਆ, ਗੰਦਗੀ ਢੱਕਿਆ ਇਸ ਕਰਕੇ ਹੈ ਕਿਤੇ ਪਹਿਲਾਂ ਹੀ ਬੜੀ ਭੈੜੀ ਚੀਜ਼ ਹੈ, ਕਿਤੇ ਇਹਦੇ ਉੱਪਰ ਕਿਸੇ ਅਹਿਸਾਨ ਫਰਾਮੋਸ਼ ਦੀ ਦ੍ਰਿਸ਼ਟੀ ਨਾ ਪੈ ਜਾਵੇ, ਕਿਤੇ ਪਹਿਲਾਂ ਹੀ ਬਹੁਤ ਅਪਵਿੱਤਰ ਹੈ ਤੇ ਮਾਸ ਹੋਰ ਵੀ ਅਪਵਿੱਤਰ ਹੋ ਜਾਏਗਾ। ਨਦਰੀ ਭਵੈ ਅਕਿਰਤ ਘਣ ਮਤ ਹੋਏ ਵਿਨਾਸ਼, ਇਤਨਾ ਵੱਡਾ ਅਪਰਾਧੀ ਹੈ, ਅਕਿਰਤ ਘਣ ਅਹਿਸਾਨ ਫਰਾਮੋਸ਼ ਹੁੰਦਾ, ਜਿਹੜਾ ਭੈੜੀ ਤੋਂ ਭੈੜੀ ਜਾਂ ਅਪਵਿੱਤਰ ਤੋਂ ਅਪਵਿੱਤਰ ਚੀਜ਼ ਨੂੰ ਵੀ ਹੋਰ ਅਪਵਿੱਤਰ ਬਣਾ ਦਿੰਦਾ ਹੈ। ਉਹਨਾਂ ਲੋਕਾਂ ਦਾ ਦਰਜਾ ਜਿਹੜੇ ਇਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਕੀਤੇ ਉਪਕਾਰਾਂ ਨੂੰ ਨਹੀਂ ਜਾਣਦੇ, ਉਹਦੇ ਕੀਤੇ ਹੋਏ ਉਪਕਾਰਾਂ ਪ੍ਰਤੀ ਅਹਿਸਾਨਮੰਦ ਨਹੀਂ ਹੁੰਦੇ, ਹਾਂ ਉਹਨਾਂ ਦਾ ਦਰਜਾ ਅਹਿਸਾਨ ਫਰਾਮੋਸ਼ਾਂ ਵਿੱਚ ਮੰਨਿਆ ਗਿਆ ਹੈ। ਪਰ ਇੱਕ ਥਾਂ ਤੇ ਹੋਰ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਧਰਤੀ ਤੇ ਭਾਰ ਰੂਪ ਕਿਹਾ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਕੀਤੇ ਉਪਕਾਰ ਵਿਸਾਰ ਦਿੱਤੇ ਨੇ, ਜਾਂ ਜਿਹੜੇ ਉਸਦੇ ਨਾਮ ਨੂੰ ਭੁੱਲ ਗਏ ਨੇ, ਜਿਸ ਤਰ੍ਹਾਂ ਭਗਤ ਫਰੀਦ ਜੀ ਨੇ ਵੀ ਕਥਨ ਕੀਤਾ ਹੈ ਨਾ, ਰੱਤੇ ਇਸ ਖੁਦਾਏ ਰੰਗ ਦੀ ਦਾਰ ਕੇ ਵਿਸਰਿਆ ਜਿਨ ਨਾਮ, ਕੀ ਨੇ ਉਹ ਸੰਸਾਰ ਤੇ, ਜਿਹੋ ਜਿਹਾ ਪੱਥਰ ਪਿਆ ਜ਼ਮੀਨ ਤੇ ਜਿਹੋ ਜਿਹਾ ਉਹ ਨਾਮ ਤੋਂ ਹੀਣਾ ਨਾਮ ਤੋਂ ਵਾਂਝਾ ਇਨਸਾਨ ਪਿਆ ਜ਼ਮੀਨ ਤੇ, ਜ਼ਮੀਨ ਵਾਸਤੇ ਉਹ ਪੱਥਰ ਵੀ ਭਾਰ ਰੂਪ ਹੈ ਔਰ ਨਾਮ ਤੋਂ ਭਗਤੀ ਸੇਵਾ ਤਾਂ ਹੀਣਾ ਬੰਦਾ ਉਹ ਵੀ ਭਾਰ ਰੂਪ ਹੈ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਧਰਤੀ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾ ਕੇ ਪੁਕਾਰ ਕਰਦੀ ਹੈ ਕਿ ਹੇ ਪਤਿਤ ਪਾਵਨ, ਹੇ ਭਗਤ ਵਛਲ, ਹੇ ਦੀਨਾ ਬੰਧੂ,
ਮੈਂ ਇਤਨੇ ਉੱਚੇ ਉੱਚੇ ਇਤਨੇ ਵੱਡੇ ਵੱਡੇ ਪਰਬਤਾਂ ਦਾ ਭਾਰ ਚੁੱਕ ਰੱਖਿਆ ਜਿਨ੍ਹਾਂ ਦੀਆਂ ਬੁਲੰਦੀਆਂ ਆਸਮਾਨ ਨਾਲ ਗੱਲਾਂ ਕਰਦੀਆਂ ਨੇ, ਜਿਨ੍ਹਾਂ ਦੀ ਸਿਖਰ ਅਸਮਾਨ ਨੂੰ ਛੂਹਦੀ ਹੈ, ਐਸੇ ਵੱਡੇ ਵੱਡੇ ਪਰਬਤ ਉਹ ਮੈਂ ਚੁੱਕ ਰੱਖੇ ਨੇ, ਪਰ ਮੈਨੂੰ ਭਾਰੇ ਨਹੀਂ ਲੱਗਦੇ। ਲੋਕਾਂ ਨੇ ਵੱਡੇ ਵੱਡੇ ਮਹੱਲ ਉਸਾਰ ਲਏ ਨੇ, ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਲਈਆਂ ਨੇ, ਫਿਰ ਆਪਣੇ ਤੇ ਜਿਹੜਾ ਆਰਕੀਟੈਕਚਰ ਇਹਨਾਂ ਅਜੇ ਵਿਕਸਿਤ ਨਹੀਂ ਹੋਇਆ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੇਖੋ, ਉਹ ਸ਼ਹਿਰਾਂ ਦੇ ਵਿੱਚ ਕਿਤਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਨੇ, ਇੱਕ ਇੱਕ ਇਮਾਰਤ ਦੇ ਵਿੱਚ 40-40, 50-50 ਹਜ਼ਾਰ ਬੰਦੇ ਕੰਮ ਕਰਦੇ ਨੇ। ਉਹ ਜੀ ਇੱਕ ਨਹੀਂ, ਦੋ ਨਹੀਂ, 5-7-10-20 ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਇਮਾਰਤਾਂ ਨੇ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਦੰਗ ਰਹਿ ਜਾਂਦਾ ਹੈ। ਇਤਨੀਆਂ ਵੱਡੀਆਂ ਵੱਡੀਆਂ ਇਮਾਰਤਾਂ, ਇਤਨੇ ਵੱਡੇ ਵੱਡੇ ਮਹੱਲ, ਇਤਨੇ ਮਜ਼ਬੂਤ ਕਿਲੇ, ਧਰਤੀ ਕਹਿੰਦੇ ਮੈਂ ਉਹਨਾਂ ਦਾ ਭਾਰ ਸਹਾਰ ਸਕਦੀ ਹਾਂ, ਉਹ ਮੈਨੂੰ ਭਾਰੇ ਨਹੀਂ ਲੱਗਦੇ। ਇਤਨੀਆਂ ਨਦੀਆਂ, ਇਤਨੇ ਦਰਿਆ, ਇਤਨੇ ਵਿਸ਼ਾਲ ਸਮੁੰਦਰ, ਉਹਨਾਂ 'ਚ ਕਿੰਨਾ ਕੁ ਪਾਣੀ ਹੈ ਜਿਹਦੀ ਗਿਣਤੀ ਮਿਣਤੀ ਹੀ ਨਹੀਂ ਹੋ ਸਕਦੀ, ਉਹਨਾਂ ਦਾ ਭਾਰ ਮੈਂ ਸਹਾਰ ਸਕਦੀ ਹਾਂ, ਉਹ ਮੈਨੂੰ ਭਾਰੇ ਨਹੀਂ ਲੱਗਦੇ। ਇਤਨੇ ਜੰਗਲਾਤ ਔਰ ਇਤਨੇ ਜੀਵ ਜੰਤ, ਉਹਨਾਂ ਦਾ ਭਾਰ ਮੈਂ ਸਹਾਰ ਸਕਦੀ ਹਾਂ, ਉਹ ਮੈਨੂੰ ਭਾਰੇ ਨਹੀਂ ਲੱਗਦੇ। ਪਰ ਹੇ ਪ੍ਰਭੂ, ਭਾਰੇ ਲੱਗਦੇ ਨੇ ਉਹ ਇਨਸਾਨ, ਉਹ ਅਹਿਸਾਨ ਫਰਾਮੋਸ਼ ਬੰਦੇ ਜਿਹੜੇ ਤੇਰੇ ਪਾਸੋਂ ਹੀ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕਰਕੇ ਤੇਰੀ ਹਸਤੀ ਤੋਂ ਹੀ ਮਨੁੱਖ ਹੋ ਗਏ ਨੇ। ਜਿਨ੍ਹਾਂ ਨੇ ਆਪਣੇ ਗੁਰੂ ਪੀਰਾਂ ਦੇ ਕੀਤੇ ਉਪਕਾਰ ਭੁਲਾ ਦਿੱਤੇ ਨੇ, ਜਿਹੜੇ ਪਰਮਾਤਮਾ ਦੇ ਆਕਾਰ ਪੁਰਖ ਵਾਹਿਗੁਰੂ ਦੇ ਕੀਤੇ ਨੂੰ ਭੁੱਲ ਬੈਠੇ ਨੇ ਕਿ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਪਰ ਕਿਤਨੀ ਵੱਡੀ ਬਖਸ਼ਿਸ਼ ਕੀਤੀ ਹੈ। ਹੇ ਪ੍ਰਭੂ, ਐਸੇ ਅਹਿਸਾਨ ਪ੍ਰਮੋਸ਼ ਬੰਦਿਆਂ ਦਾ ਭਾਰ ਮੈਥੋਂ ਨਹੀਂ ਸਹਾਰਿਆ ਜਾਂਦਾ। ਭਾਰੇ ਭੋਏ ਕਿਰਤ ਘਣ ਮੰਦੀ ਹੋ ਮੰਦੀ, ਮੰਦੀ ਹੋ ਮੰਦੀ, ਮੰਦੀ ਹੋ ਮੰਦੀ, ਮੰਦੀ ਹੋ ਮੰਦੀ, ਪਾਰੇ ਕੋਟ ਗੜ ਕਰ ਮਾਰ ਦਿਖਾਉਂਦੇ।
ਬਖਸ਼ਿਸ਼ ਕੀਤੀ ਹੈ ਬਿੰਦ ਤੇ ਜਿਹਨ ਪਿੰਡ ਕੀਆ ਅਗਨ ਕੁੰਡ ਰਖਾਇਆ ਦਸ ਮਾਸ ਮਾਤਾ ਉਰਧ ਰੱਖਿਆ ਉਸ ਕੁੰਭੀ ਨਰਕ ਵਰਗੀ ਥਾਂ ਤੇ ਦਸ ਮਹੀਨੇ ਇਸ ਦੀ ਰੱਖਿਆ ਕੀਤੀ ਦਸ ਮਾਸ ਮਾਤਾ ਉਰਧ ਰੱਖਿਆ ਬਾਵੜ ਲੱਗ ਗਈ ਜੀਵ ਇਤਨਾ ਨਾ ਸ਼ੁਕਰਾ ਜਿਹੜਾ ਮਾਇਆ ਦੇ ਜ਼ੇਰੇ ਅਸਰ ਹੋ ਕੇ ਬਸ ਜਨਮ ਲੈਂਦਿਆਂ ਸਾਰ ਭੁੱਲ ਗਿਆ ਉਹ ਸਾਰ ਸਗੋਂ ਗੁਰਮਤਿ ਦੀ ਇੱਕ ਧਾਰਨਾ ਹੈ ਜੇ ਤੇ ਹਾਂ ਅਸੀਂ ਗੁਰੂ ਕੇ ਸਿੱਖ ਫਿਰ ਤੇ ਸਾਨੂੰ ਗੁਰੂ ਦੀ ਗੱਲ ਮੰਨਣੀ ਪਵੇਗੀ ਸਾਡੇ ਪਾਸ ਹੋਰ ਦੂਸਰੀ ਆਪਸ਼ਨ ਹੀ ਕੋਈ ਨਹੀਂ ਉਹ ਸਾਰਥੰਗ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗੁਰਮਤ ਦੇ ਸਿਧਾਂਤ ਦਿੱਤੇ ਨੇ ਕੋਈ ਹੋਰ ਤੇ ਇਨਕਾਰ ਦੇਵੇ ਪਿਆਰ ਇਨਕਾਰ ਦੇਵੇ ਕੋਈ ਨਾਸਤਿਕ ਭਾਵਨਾ ਵਾਲਾ ਬੰਦਾ ਪਰ ਜੇ ਅਸੀਂ ਆਸਤਿਕਤਾ ਦਾ ਜਾਮਾ ਪਾ ਕੇ ਫਿਰ ਵੀ ਹੁਣ ਜਿਹੜੇ ਦਰਖਤ ਦੀ ਟਹਿਣੀ ਦੇ ਉੱਪਰ ਕੋਈ ਬੰਦਾ ਬੈਠਾ ਹੋਵੇ ਉਸੇ ਟਹਿਣੀ ਨੂੰ ਕੱਟਣਾ ਸ਼ੁਰੂ ਕਰ ਦੇਵੇ ਉਹਦਾ ਹਸ਼ਰ ਦਾ ਨਤੀਜਾ ਕੀ ਹੋਵੇਗਾ ਤੁਸੀਂ ਵੀ ਜਾਣ ਦਿਓ ਮੈਂ ਵੀ ਜਾਣਦਾ ਸਿਰ ਪਰ ਨਾ ਡਿੱਗੇਗਾ
ਅਸੀਂ ਗੁਰਬਾਣੀ ਦੀ ਗੁਰਮਤ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ, ਫਿਰ ਅਸੀਂ ਸਿੱਖੀ ਦੇ ਹਿਤੂ ਕੀ ਹੋ ਸਕਦੇ ਹਾਂ? ਸਾਨੂੰ ਸਿੱਖੀ ਨਾਲ ਪਿਆਰ ਕੀ ਹੈ? ਸਾਡੇ ਪਾਸ ਕਿਹੜਾ ਐਸਾ ਪੈਰਾਮੀਟਰ ਹੈ ਜਿਹਦੇ ਨਾਲ ਆਪਾਂ ਨਾਪ ਸਕੀਏ ਵੀ ਇੰਨੀ ਕੁ ਮੇਰੇ ਮਨ ਚ ਸ਼ਰਧਾ ਹੈ, ਇੰਨਾ ਕੁ ਮੇਰਾ ਸਿੱਖੀ ਨਾਲ ਪਿਆਰ ਹੈ? ਸਭ ਤੋਂ ਵੱਡਾ ਪੈਮਾਨਾ ਤੇ ਇਹੋ ਹੀ ਹੈ ਕਿ ਜਿਹੜੀ ਗੁਰੂ ਦੀ ਗੱਲ ਅਸੀਂ ਕਿੰਨੀ ਕੁ ਮੰਨਣ ਵਾਸਤੇ ਤਿਆਰ ਹਾਂ, ਜਿਹੜੇ ਗੁਰਮਤ ਦੇ ਸਿਧਾਂਤ ਨੇ ਅਸੀਂ ਉਹਨਾਂ ਉੱਪਰ ਕਿੰਨਾ ਕੁ ਪਹਿਰਾ ਦੇ ਰਹੇ ਹਾਂ। ਹਾਂ, ਜਿਹੜੀ ਗੁਰਮਤ ਦੀ ਧਾਰਨਾ ਦੀ ਮੈਂ ਗੱਲ ਕਰ ਰਿਹਾ ਸੀ, ਇਹ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨ। ਉੱਥੇ ਜੀਵ ਸਵਾਸ ਸਵਾਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਸੀ। ਵਾਸਾ ਕਿਹੋ ਜਿਹੀ ਥਾਂ ਤੇ ਸੀ, ਇਹਦੀ ਹਾਲਤ ਕਿਹੋ ਜਿਹੀ ਸੀ? ਮੁਖ ਤਲੇ ਪੈਰ ਉਪਰੈ ਵਸੰਦੋ ਕੋਥੜੇ ਥਾਂ, ਕੁਝ ਭੈੜੀ ਥਾਂ ਤੇ ਵਾਸਾ ਜਿੱਥੇ ਜਠਰਾਗਨ ਸਾੜ ਰਹੀ ਸੀ। ਪਰ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਐ ਇਨਸਾਨ ਨਾਨਕ ਸੋ ਧਣੀ ਕਿਉਂ ਵਿਸਾਰਿਓ? ਤੇ ਉਸ ਮਾਲਕ ਨੂੰ, ਉਸ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਹੈ? ਉਧਰ ਹੈ ਜਿਸਦਾ ਨਾਂ ਹੈ, ਜਿਸਦੇ ਨਾਮ ਦਾ ਸਦਕਾ ਉੱਥੇ ਵੀ ਤੇਰੀ ਰੱਖਿਆ ਹੋਈ, ਉਸਕੋ ਵੀ ਨਰਕ ਤੋਂ ਬਾਹਰ ਆਇਆ ਮਿੰਨਤਾਂ ਤਰਲੇ ਕਰਕੇ ਪਰਮਾਤਮਾ ਅੱਗੇ। ਹਾਂ, ਸਾਰਥਕ ਉਦੋਂ ਤੋਂ ਜਪਦਾ ਸੀ ਸਵਾਸ ਸਵਾਸ ਪਰਮਾਤਮਾ ਦਾ ਨਾਮ। ਪਰ ਜਦੋਂ ਜਨਮ ਹੋ ਗਿਆ, ਜਨਮ ਲੈਂਦਿਆਂ ਸਾਰ ਭੁੱਲ ਗਿਆ। ਪਹਿਲਾਂ ਤੇ ਪਿਆਰ ਨਾਮ ਨਾਲ ਸੀ, ਜਨਮ ਲੈਂਦਿਆਂ ਸਾਰ ਪਹਿਲੇ ਪਿਆਰ ਲੱਗਾ ਥਣ ਦੁੱਧ, ਪਿਆਰ ਮਾਤਾ ਦੇ ਦੁੱਧ ਨਾਲ ਹੋ ਗਿਆ। ਰੋਂਦਾ ਮਾਤਾ ਦੁੱਧ ਪਿਲਾ ਦਿੰਦੀ ਹੈ, ਚੁੱਪ ਕਰ ਜਾਂਦਾ ਹੈ, ਬਸ ਉਹਨੂੰ ਇੰਨੀ ਕੁ ਹੀ ਸੋਝੀ ਹੈ। ਥੋੜ੍ਹਾ ਹੋਰ ਵੱਡਾ ਹੁੰਦਾ ਹੈ, ਮਾਤਾ ਪਿਤਾ ਨੂੰ ਪਹਿਚਾਨਣਾ ਸ਼ੁਰੂ ਕਰ ਦਿੰਦਾ ਹੈ। ਦੂਜਾ ਮਾਏ ਬਾਪ ਕੀ ਸੁੱਧ, ਹੋਰ ਵੱਡਾ ਹੁੰਦਾ ਹੈ, ਇਸਨੂੰ ਆਪਣੇ ਹੋਰ ਸੰਬੰਧੀਆਂ ਦੀ, ਭੈਣਾਂ ਭਰਾਵਾਂ ਦੀ ਵੀ ਪਹਿਚਾਣ ਹੋ ਜਾਂਦੀ ਹੈ। ਤੀਜਾ ਭਈਆ, ਭਾਬੀ, ਬੇਬ। ਹੋਰ ਵੱਡਾ ਹੁੰਦਾ ਹੈ, ਚੌਥਾ ਪਿਆਰ ਉਪੰਨੀ ਖੇਡ, ਇਹਨੂੰ ਆਪਣੇ ਹਮ ਉਮਰ ਬੱਚੇ ਪਿਆਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਸਾਰਾ ਸਾਰਾ ਦਿਨ ਉਹਨਾਂ ਨਾਲ ਖੇਡ ਵਿੱਚ ਪਰਚਿਆ ਰਹਿੰਦਾ ਹੈ। ਹੋਰ ਵੱਡਾ ਹੁੰਦਾ ਹੈ, ਪੰਜਵੇਂ ਖਾਣ ਪੀਣ ਕੀ ਧਾਤ, ਜਿਵੇਂ ਅੱਛੀਆਂ ਅੱਛੀਆਂ ਖੁਰਾਕਾਂ ਖਾ ਕੇ ਸਰੀਰ ਨੂੰ ਖੂਬ ਰਿਸ਼ਟ ਪੁਸ਼ਟ ਔਰ ਖੂਬਸੂਰਤ ਬਣਾਵਾਂ, ਆਪਣੀ ਬਾਡੀ ਬਿਲਡ ਕਰਾਂ। ਵਿਕਾਰਾਂ ਵਿੱਚ ਦੱਸਿਆ ਜਾਂਦਾ ਹੈ ਅਗਲੀ ਸਟੇਜ ਤੇ ਜਾ ਕੇ ਛੇਵੇਂ ਕਾਮ ਨਾ ਪੁੱਛਿਆ ਜਾਤ, ਨਿਸ਼ੰਗ ਹੋ ਕੇ ਪਾਪ ਕਮਾਉਂਦਾ ਹੈ। ਫਿਰ ਵਿਆਹ ਸ਼ਾਦੀ ਹੋ ਜਾਂਦੀ ਹੈ, ਸੱਤਵੇਂ ਸਾਂਝ ਕੀਆ ਘਰ ਵਾਸ, ਗ੍ਰਿਸਤ ਵਿੱਚ ਆ ਜਾਂਦਾ, ਗ੍ਰਿਸਤ ਕੁਟੰਬ ਪਲੇਟਿਆ। ਹੁਣੇ ਆਪ ਸੁਣ ਰਹੇ ਸੀ ਬਾਬਾ ਕਸ਼ਮੀਰਾ ਸਿੰਘ ਜੀ ਦੇ ਪਾਸੋਂ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਕਦੀ ਘਰਵਾਲੀ ਨੂੰ ਦੁਰਵਚਨ ਬੋਲਦਾ, ਕਦੀ ਬੱਚਿਆਂ ਨੂੰ ਗਾਲਾਂ ਕੱਢਦਾ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਹੁਣ ਸਰੀਰ ਦਾ ਕੀ ਹਸ਼ਰ ਕਰਦੇ ਨੇ? ਵਿਕਾਰ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਅੱਠਵੇਂ ਕ੍ਰੋਧ ਹੋਆ ਤਨ ਨਾਸ,
ਅਗਲੇ ਸਟੇਜ ਤੇ ਜਾ ਕੇ ਨਾਵੇਂ ਧੌਲੇ ਉਭੇ ਸਾ ਦਸਵੇਂ ਦੱਦਾ ਹੋਆ ਸਵਾ ਬੁਢੇਪਾ ਆ ਜਾਂਦਾ ਬੁਢੇਪੇ ਤੋਂ ਬਾਅਦ ਤੇ ਕੋਈ ਸਟੇਜ ਹੈ ਹੀ ਨਹੀਂ ਸਰੀਰ ਦੀ ਪਰਮਾਤਮਾ ਨੇ ਜਿਹੜੀ ਇਸਨੂੰ ਚੇਤਨ ਸੱਤਾ ਦਿੱਤੀ ਹੈ ਵੈਸੇ ਤਾਂ ਕਿਸੇ ਵੇਲੇ ਵੀ ਵਾਪਸ ਲੈ ਸਕਦਾ ਹੈ ਨਹਿ ਬਾਰਕ ਨਹਿ ਜੋਬਨ ਨਹਿ ਮਿਰਦੀ ਕਿਛ ਬੰਦ ਉਹ ਬੇਗਾ ਨਹਿ ਬੂਝੀ ਹੈ ਜਬ ਆਏ ਪਰੈ ਜਮ ਫਰਦ ਬਾਰੇ ਬੁੱਢੇ ਤਰੁਣੇ ਭਈਆ ਸਭੋਂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਬੁਢੇਪੇ ਤੋਂ ਬਾਅਦ ਤੇ ਪਰਮਾਤਮਾ ਨੇ ਆਪਣੀ ਸੱਤਾ ਵਾਪਸ ਲੈਣੀ ਹੀ ਲੈਣੀ ਸਰੀਰ ਬਾਕੀ ਰਹਿ ਜਾਂਦਾ ਮਿੱਟੀ ਆਪਣੇ ਆਪਣੇ ਧਰਮ ਦੀ ਰੋਹ ਰੀਤ ਅਨੁਸਾਰ ਕੋਈ ਦਫਨਾ ਦਿੰਦਾ ਕੋਈ ਪਾਣੀ ਚ ਰੋੜ ਦਿੰਦਾ ਕੋਈ ਕਾਵਾਂ ਕੁੱਤਿਆਂ ਅੱਗੇ ਪਾ ਦਿੰਦਾ ਕੋਈ ਅੱਗ ਵਿੱਚ ਸਾੜ ਦਿੰਦਾ ਹੈ ਦਸਵੇਂ ਦੱਦਾ ਹੋਆ ਸੁਆਹ ਸਹਿਰ ਤੰਗ ਹੈ ਤੇ ਇਨਸਾਨ ਦਾ ਜੀਵਨ ਹੈ ਕਿਹਨਾਂ ਦਾ ਜਿਹੜੇ ਭੁੱਲ ਗਏ ਨੇ ਉਸ ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਨਾਂ ਨੇ ਸਾਰੀ ਜ਼ਿੰਦਗੀ ਦੁਨੀਆਂ ਦੀ ਮੋਹ ਮਾਇਆ ਵਿੱਚ ਖਿੱਚਤ ਹੋ ਕੇ ਬਰਬਾਦ ਕਰ ਦਿੱਤੀ ਹੈ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਕੀਤੇ ਉਪਕਾਰਾਂ ਨੂੰ ਜਾਣਿਆ ਹੀ ਨਹੀਂ ਇਹ ਤੇ ਹੈ ਉਹਨਾਂ ਦਾ ਜੀਵਨ ਗਏ ਸੰਗੀਤ ਪੁਕਾਰੀ ਧਾ ਉੜਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਉ ਪਿੱਛੇ ਪੱਤਲ ਸੱਦੇਹੋ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੀ ਨਹੀਂ ਹੋਇਆ ਜਿਨ੍ਹਾਂ ਨੇ ਨਿਗੁਰੇਪਣ ਵਿੱਚ ਹੀ ਆਪਣਾ ਜਨਮ ਬਰਬਾਦ ਕਰ ਦਿੱਤਾ ਜਿਨ੍ਹਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਪਈ ਕਿ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਤਮਾਮ ਜੁਨੀਆਂ ਦੀ ਸਰਦਾਰ ਦੇਹੀ ਕਿਸਮ ਨੂਰਥ ਵਾਸਤੇ ਬਖਸ਼ੀ ਸੀ ਉਹਦੇ ਸੰਸਰੇ ਸਮੁੰਦਰ ਵਿੱਚ ਬਸ ਗੋਤੇ ਖਾਂਦੇ ਰਹੇ ਨਾਨਕ ਮਨਮੁਖ ਅੰਧ ਪਿਆਰ ਬਾਦ ਗੁਰੂ ਡੁੱਬਾ ਸੰਸਾਰ ਗੁਰੂ ਬਿਨ ਡੁੱਬਦੀ ਜਾਵੇ ਦੁਨੀਆ ਗੁਰ ਬਿਨ ਡੁੱਬਦੀ ਜਾਵੇ ਡੁੱਬਦੀ ਜਾਵੇ ਦੁਨੀਆ ਗੁਰੂ ਬਿਨ ਡੁੱਬਦੀ ਜਾਵੇ ਸਾਨੂੰ ਕਿੱਥੇ ਆ ਕੇ ਮਿਲਦੀ ਹੈ ਇਹ ਗੱਲਾਂ ਸਾਨੂੰ ਕਿੱਥੇ ਰਿਮਾਇੰਡ ਕਰਵਾਈਆਂ ਜਾਂਦੀਆਂ ਨੇ ਬਸ ਇੱਕੋ ਹੀ ਟਿਕਾਣਾ ਜਿੱਥੇ ਆਪਾਂ ਬੈਠੇ ਹਾਂ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਭਾਈ ਰੇ ਭਗਤਹੀਣ ਕਾਹੇ ਤੱਕ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਲਗਾਇਆ ਜੇ ਕਿਤੇ ਸਤਿਗੁਰੂ ਜੀ ਸਾਨੂੰ ਤਾੜਨਾ ਦੁਆਰਾ ਸਮਝਾਉਂਦੇ ਨੇ
ਕਿਤੇ ਬੜੇ ਪਿਆਰ ਦੇ ਨਾਲ ਉਦਾਹਰਣਾਂ ਮਿਸਾਲਾਂ ਦੇ ਦੇ ਕੇ ਸਮਝਾਉਂਦੇ ਨੇ, ਕਿਤੇ ਮੁਖਾਤਬ ਹੁੰਦੇ ਨੇ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਇਹ ਮਿੱਤਰ ਜਨੋ ਮੈਂ ਤਾਂ ਬੇਨਤੀ ਕਰਦਾ ਹਾਂ। ਇਉਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਨਸੀਹਤ ਦੇ ਰਿਹਾ ਜਾਂ ਮੇਰੀ ਆਗਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਉਪਦੇਸ਼ ਦੇ ਰਹੇ ਨੇ ਆਪਣੇ ਗੁਰਸਿੱਖਾਂ ਨੂੰ, ਮਿੱਤਰ ਕਹਿ ਕੇ ਮੁਖਾਤਬ ਹੋ ਰਹੇ ਨੇ, ਇਹ ਮਿੱਤਰ ਜਨੋ ਮੈਂ ਇੱਕ ਅਰਜ਼ ਇੱਕ ਬੇਨਤੀ ਕਰਦਾ, ਸੁਣੋ ਪੂਰੀ ਤਵੱਜੋ ਦੇ ਕੇ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਰ ਕੀ ਵੇਲਾ, ਇਹ ਵੇਲਾ, ਇਹ ਅਵਸਰ, ਇਹ ਅਪਰਚੁਨਿਟੀ ਭਾਵ ਮਾਨ ਹੁਤਨ ਅਨੁਸਾਰ ਸੰਗਤ ਦੀ ਟਹਿਰ ਸੇਵਾ ਵਾਸਤੇ ਔਰ ਪਰਮੇਸ਼ਵਰ ਦੀ ਭਗਤੀ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਸੰਸਾਰ ਤੋਂ ਭਗਤੀ ਔਰ ਸੇਵਾ ਦਾ ਲਾਹਾ ਖੱਟ ਲਓ, ਤੁਹਾਡਾ ਅਗੰਤ ਵੀ ਸਮਰ ਜਾਏਗਾ, ਇਹ ਲੋਕ ਵੀ ਸੁਖੀ ਔਰ ਪ੍ਰਲੋਕ ਵੀ ਸੋਹਿਲਾ ਹੋ ਜਾਏਗਾ। ਇਹਾਂ ਖਾਟ ਤਲਹੋ ਹਰ ਲਾਹਾ ਅੱਗੇ ਬਸ ਨੂੰ ਸੁਹੇਲਾ। ਇੱਥੇ ਆ ਕੇ ਹੀ ਸਾਨੂੰ ਇਸ ਗੱਲ ਦੀ ਸੋਝੀ ਪੈਂਦੀ ਹੈ, ਗੁਰੂ ਕਾ ਪਵਿੱਤਰ ਉਪਦੇਸ਼ ਸੁਣ ਕੇ ਫਿਰ ਆਪਾਂ ਆਪਣੇ ਅੰਦਰ ਝਾਤੀ ਮਾਰਦੇ ਹਾਂ। ਉਹ ਸਾਧ ਸੰਗਤ ਦੂਜਿਆਂ ਵੱਲ ਤੇ ਹਰ ਕੋਈ ਦੇਖ ਸਕਦਾ ਹੈ, ਦੂਜਿਆਂ ਦੇ ਸਤਰ ਫਰੋਲਣ ਵਾਸਤੇ ਤਾਂ ਸਾਰੇ ਹੀ ਤਿਆਰ ਨੇ, ਪਰ ਅੰਦਰ ਝਾਤੀ ਮਾਰ ਕੇ ਕੋਈ ਵਿਰਲਾ ਹੀ ਦੇਖਦਾ ਹੈ। ਆਪਣੇ ਗਰੀਬਾਣ ਮੈਂ, ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਥਨ ਕੀਤਾ, ਰਿਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਜੇ ਤੂੰ ਆਪਣੇ ਆਪ ਨੂੰ ਅਕਲਮੰਦ ਕਹਾਉਣਾ ਹੈ ਨਾ, ਉਹ ਸਾਧ ਸੰਗਤ ਸਾਰੇ ਕਹਾਉਂਦੇ ਨੇ ਕਿ ਮੇਰੇ ਜਿਤਨਾ ਵੱਡਾ ਅਕਲਮੰਦ ਕੋਈ ਨਹੀਂ, ਭਾਵੇਂ ਇਹਦੇ ਤੇ ਕੁੱਕੜ ਦੇ ਫਰਕ ਦਾ ਵੀ ਨਾ ਪਤਾ ਹੋਵੇ। ਭਾਵੇਂ ਕਦੇ ਕਿਸੇ ਸਕੂਲ, ਕਿਸੇ ਕਾਲਜ, ਕਿਸੇ ਯੂਨੀਵਰਸਿਟੀ ਦੇ ਨੇੜੇ ਦੀ ਵੀ ਨਾ ਲੰਘਿਆ ਹੋਵੇ, ਗੱਲਾਂ ਵਿਗਿਆਨ ਦੀਆਂ ਕਰੇ, ਆਪਣੀ ਅਕਲ ਵਿਗਿਆਨੀ ਮਾਇਆ ਕਰੇ, ਸਾਰਿਆਂ ਨੂੰ ਵੱਡੀ ਲੱਗਦੀ ਹੈ। ਪਰ ਫਰੀਦ ਜੀ ਕਥਨ ਕਰਦੇ ਨੇ, ਐ ਇਨਸਾਨ ਜੇ ਤੂੰ ਕਹਿਣਾ ਨਾ ਮੈਂ ਬਹੁਤ ਅਕਲਮੰਦ ਹਾਂ, ਮੈਂ ਬੜਾ ਸਿਆਣਾ, ਬੜਾ ਸਮਝਦਾਰ ਹਾਂ, ਫਿਰ ਇੱਕ ਗੱਲ ਵੱਲ ਤਵੱਜੋ ਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ, ਦੂਜਿਆਂ ਵੱਲ ਦੇਖਣਾ ਛੱਡ ਦੇ, ਪਹਿਲਾਂ ਤੇ ਨਿੰਦਨੀ ਕਰਮਾਂ ਦਾ ਤਿਆਗ ਕਰ ਜਿਹੜੇ ਮਾੜੇ ਕਰਮ ਨੇ। ਫਿਰ ਦੂਸਰੇ ਵੱਲ ਦੇਖਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਕਿੱਥੇ ਖੜਾ ਹੈ। ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ, ਪਰ ਸਾਧ ਸੰਗ ਤੇ ਕੋਈ ਵਿਰਲਾ ਹੀ ਝਾਤੀ ਮਾਰਦਾ ਆਪਣੇ ਹੇਠ। ਬੀਤਰਾਗ ਮਹਾਂਪੁਰਖ ਜਾ ਰਹੇ ਨੇ ਤੀਰਥ ਯਾਤਰਾ ਵਾਸਤੇ, ਉਹਨਾਂ ਨੂੰ ਰਾਹ ਵਿੱਚ ਕੋਈ ਸੱਜਣ ਟੱਕਰ ਜਾਂਦਾ ਹੈ, ਇਹ ਦੇਖਦਾ ਹੈ ਕਿ ਮਹਾਂਪੁਰਖਾਂ ਦੇ ਪਾਸ ਦੋ ਬੜੇ ਕੀਮਤੀ ਲਾਲ ਨੇ, ਉਹ ਜਦੋਂ ਰੋਜ਼ਾਨਾ ਅੰਮ੍ਰਿਤ ਵੇਲੇ ਸਾਵਧਾਨ ਹੁੰਦੇ ਨੇ, ਇਸ਼ਨਾਨ ਆਦਿ ਕਰਕੇ ਬੈਠਦੇ ਨੇ, ਉਹ ਲਾਲ ਸਾਹਮਣੇ ਰੱਖ ਲੈਂਦੇ ਨੇ। ਖੈਰ ਉਹਨਾਂ ਦਾ ਕੋਈ ਆਪਣਾ ਨਿਯਮ ਹੈ, ਆਪਣੀ ਕੋਈ ਵਿਧੀ ਹੈ, ਕੋਈ ਜੁਗਤੀ ਹੈ, ਇਹ ਸੱਜਣ ਦੇਖਦਾ ਵੀ ਲਾਲ ਬੜੇ ਕੀਮਤੀ ਨੇ, ਜਿਹਨਾਂ ਪਾਸੋਂ ਮੰਗ ਲਏ ਇਹਨਾਂ ਨੇ ਤਾਂ ਨਹੀਂ ਦੇਣੇ, ਇਹਨਾਂ ਦੇ ਪਾਸੋਂ ਕਿਸੇ ਨਾ ਕਿਸੇ ਤਰੀਕੇ ਇਹ ਖਿਸਕਾਏ ਹੀ ਜਾ ਸਕਦੇ ਨੇ। ਇਹਨਾਂ ਨੇ ਕਿਹੜਾ ਬਹੁਤੀ ਦੁਨੀਆਂ ਦੇਖੀ ਆ, ਘੋੜੇ ਪਾੜੇ ਨੇ ਲੱਗਦੇ ਨੇ, ਜਿੱਦਾਂ ਲੱਗ ਗਿਆ ਤਾਂ ਵਾਰੇ ਨਿਆਰੇ ਹੋ ਜਾਣਗੇ। ਉਹ ਸਾਧ ਸੰਗਤ ਕਹਿਣਗੇ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਬਣਾ ਲਓ,
ਮਹਾਂ ਪੁਰਖਾਂ ਦੇ ਭਾਈ ਅਸੀਂ ਤਾਂ ਪਹਿਲਾਂ ਹੀ ਸੇਵਕ ਹਾਂ, ਸੇਵਕਾਂ ਦਾ ਸੇਵਕ ਤਾਂ ਕਾਹਨੂੰ ਬਣਨਾ, ਅਸੀਂ ਤਾਂ ਦਾਸ ਹਾਂ ਸੰਗਤਾਂ ਦੇ। ਵੀ ਦਾਸਾਂ ਦਾ ਦਾਸ ਬਣ ਕੇ ਤੂੰ ਕੀ ਕਰੇਗਾ, ਤੂੰ ਤੇ ਸਵਾਮੀ ਬਣਨ ਦੀ ਕੋਸ਼ਿਸ਼ ਕਰ, ਤੇਰੇ ਚੱਕਰ ਚ ਇਹਨੇ ਦੱਸ ਰਹੇ ਨੇ। ਨਹੀਂ ਮਹਾਰਾਜ, ਮੈਨੂੰ ਤੇ ਸਬੱਬ ਦੇ ਨਾਲ ਆਪਦੇ ਦਰਸ਼ਨ ਹੋ ਗਏ ਨੇ, ਆਪ ਕਿਰਪਾ ਕਰੋ ਮੈਨੂੰ ਆਪਣੀ ਖਿਦਮਤ ਆਪਣੀ ਸੇਵਾ ਕਰਨ ਦਾ ਅਵਸਰ ਦੇ ਦਿਓ। ਮਹਾਂਪੁਰਖ ਕਹਿਣਗੇ, ਸੱਜਣਾ ਸਾਡੀ ਖਿਦਮਤ ਸਾਡੀ ਸੇਵਾ ਤੂੰ ਕੀ ਕਰੇਗਾ, ਸਾਡੀ ਤੇ ਕਿਰਿਆ ਹੀ ਬੜੀ ਸਾਦੀ ਜਿਹੀ ਹੈ। ਆਹ ਦੇਖ ਸਾਡੇ ਪਾਸ ਤਾਂ ਛੋਟੀ ਜਿਹੀ ਗੱਠੜੀ ਹੈ, ਥੋੜ੍ਹਾ ਜਿਹਾ ਸਾਜ਼ੋ ਸਮਾਨ ਹੈ, ਇਹਨੂੰ ਸਾਂਭਣ ਵਾਸਤੇ ਸਾਨੂੰ ਕਿਸੇ ਵਿਸ਼ੇਸ਼ ਸੇਵਾਦਾਰ ਦੀ ਜ਼ਰੂਰਤ ਨਹੀਂ। ਵੀ ਕੋਈ ਹੋਰ ਮਿਲ ਜਾਵੇਗਾ ਠਾਠ ਪਾਠ ਵਾਲਾ, ਉਹਦੀ ਜਾ ਕੇ ਸੇਵਾ ਕਰਦਾ। ਨਹੀਂ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮੈਂ ਬੜਾ ਪ੍ਰਭਾਵਿਤ ਹੋਇਆ, ਤੁਹਾਡੀ ਸੇਵਾ ਕਰਨਾ ਚਾਹੁੰਦਾ। ਮਹਾਂਪੁਰਖ ਕਹਿੰਦੇ ਵੀ ਸੱਜਣਾ ਠੀਕ ਹੈ, ਜੇ ਸੇਵਾ ਕਰਨ ਸਾਡੀ ਇੱਛਾ ਤੇ ਕੋਈ ਹੈ ਨਹੀਂ, ਪਰ ਤੂੰ ਹੁਣ ਹੱਟ ਕਰ ਰਿਹਾ ਹੈ ਵੀ ਜੇ ਸਾਡੀ ਸੇਵਾ ਕਰਨੀ ਹੈ, ਪਰ ਸੁਣ ਪੂਰੀ ਤਵੱਜੋ ਦੇ ਕੇ, ਇਸੇ ਤੇ ਤੈਨੂੰ ਅੰਮ੍ਰਿਤ ਵੇਲੇ ਸੁੱਖ ਤੇ ਹੀ ਉਠਾ ਦਿਆ ਕਰਨਾ ਹੈ, ਤੈਨੂੰ ਅੰਮ੍ਰਿਤ ਵੇਲੇ ਜਾਗਣਾ ਪਵੇਗਾ। ਮਹਾਰਾਜ ਜ਼ਰੂਰ ਜਾਗਿਆ ਕਰਾਂਗਾ, ਵੀ ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰਨਾ ਪਏਗਾ। ਮਹਾਰਾਜ ਇਸ਼ਨਾਨ ਵੀ ਕਰਾਂਗਾ, ਇਸ਼ਨਾਨ ਕਰਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਵੀ ਕਰਨਾ ਪਏਗਾ। ਮਹਾਰਾਜ ਇਸੇ ਕਰਕੇ ਤੇ ਤੁਹਾਡੀ ਸੰਗਤ ਕਰਨ ਲੱਗਿਆ। ਖੈਰ ਇਹ ਚੱਲ ਪਿਆ ਮਹਾਂਪੁਰਖਾਂ ਦੇ ਨਾਲ ਹੀ, ਜਿੱਥੇ ਰੁਕਦੇ ਨੇ ਉੱਥੇ ਰੁਕ ਜਾਂਦਾ ਹੈ, ਜਿੱਥੇ ਪੜਾਅ ਕਰਦੇ ਨੇ, ਕਿਸੇ ਥਾਂ 'ਤੇ ਇਸ਼ਨਾਨ ਦੀ ਸਹੂਲਤ ਦੇਖ ਕੇ ਮਹਾਂਪੁਰਖ ਰੁਕ ਜਾਂਦੇ ਨੇ, ਰਾਤ ਦਾ ਪਹਿਲਾ ਪਹਿਰ ਵੀ ਸੰਭਾਲਦੇ ਨੇ ਔਰ ਰਾਤ ਦਾ ਪਿਛਲਾ ਪਹਿਰ ਵੀ। ਉਹ ਸਾਰੇ ਸੰਗਤ ਦਿਨ ਰਾਤ ਦੇ 8 ਪਹਿਰ ਨੇ, 24 ਘੰਟੇ ਜੇ ਡਿਵਾਈਡ ਕਰੀਏ 3 ਘੰਟਿਆਂ ਦਾ ਇੱਕ ਪਹਿਰ ਬਣਦਾ ਹੈ। ਹੁਣ ਧਿਆਨ ਦੇ ਨਾਲ ਸੁਣੋ, 4 ਪਹਿਰ ਦਿਨ ਦੇ ਔਰ 4 ਪਹਿਰ ਰਾਤ ਦੇ। ਆਪਾਂ ਦੁਪਹਿਰ ਕਹਿੰਦੇ ਹਾਂ ਨਾ, ਵੀ ਦੁਪਹਿਰ ਹੋ ਗਈ, ਉਦੋਂ 2 ਪਹਿਰ ਖਤਮ ਹੋ ਜਾਂਦੇ ਨੇ। ਦਿਨ ਦਾ ਮੱਧ ਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅੱਧੀ ਰਾਤ ਹੁੰਦੀ ਹੈ, ਉਦੋਂ ਅੱਧੀ ਰਾਤ ਗੁਜ਼ਰ ਜਾਂਦੀ ਹੈ, 2 ਪਹਿਰ ਲੰਘ ਜਾਂਦੇ ਨੇ, 2 ਪਹਿਰ ਬਾਕੀ ਰਹਿ ਜਾਂਦੇ ਨੇ। ਆਪਾਂ ਤਕਰੀਬਨ 12 ਵਜੇ ਮੰਨਦੇ ਹਾਂ ਨਾ ਕਿ ਅੱਧੀ ਰਾਤ ਹੋ ਗਈ ਹੈ। ਹੁਣ ਉੱਥੋਂ 12 ਤੋਂ 6 ਘੰਟੇ ਪਿੱਛੇ ਮੁੜ ਜਾਓ, 2 ਪਹਿਰ ਔਰ 2 ਪਹਿਰ ਫਿਰ ਬਾਕੀ ਰਹਿ ਗਏ। 3-3 ਘੰਟਿਆਂ ਤੱਕ ਪਹਿਰ ਲਾਈਏ, 12 ਤੋਂ ਲਾ ਕੇ 3 ਤੱਕ ਰਾਤ ਦਾ ਤੀਸਰਾ ਪਹਿਰ ਔਰ 3 ਤੋਂ ਲਾ ਕੇ 6 ਵਜੇ ਤੱਕ ਫਿਰ ਰਾਤ ਦਾ ਚੌਥਾ ਪਹਿਰ। ਇੱਕ ਮੋਟਾ ਜਿਹਾ ਅੰਦਾਜ਼ਾ ਹੈ ਫਰੀਦਾ। ਪਹਿਲਾ ਪਹਿਰਾ ਫੁੱਲੜਾ, ਭਗਤ ਫਰੀਦ ਜੀ ਕਥਨ ਕਰਦੇ ਨੇ ਵੀ ਪਹਿਲੇ ਪਹਿਰ ਰਾਤ ਦਾ ਪਹਿਲਾ ਪਹਿਰ ਉਹ ਵੀ ਏਕਾਂਤ ਦਾ ਸਮਾਂ, ਟਿਕਾ ਦਾ ਸਮਾਂ ਮੰਨਿਆ ਜਾਂਦਾ ਹੈ। ਹੁਣ ਤੇ ਭਾਵੇਂ ਜ਼ਮਾਨਾ ਬਦਲ ਗਿਆ ਹੈ, ਪਰ ਸਾਰ ਸੰਗਤ ਪਹਿਲਾਂ ਤੇ ਜਦੋਂ ਹਨੇਰਾ ਹੋ ਜਾਂਦਾ ਨਾ, ਦਿਨ ਡੁੱਬ ਜਾਂਦਾ, ਮਾਨੋ ਸਾਰਾ ਸੰਸਾਰ ਵਿਸਰਾਮ ਅਵਸਥਾ ਵਿੱਚ ਆ ਜਾਂਦਾ। ਲੋਕ ਦਿਨੇ ਦਿਨੇ ਆਪਣਾ ਭੋਜਨ ਪ੍ਰਸ਼ਾਦ ਪਾਣੀ ਛਕ ਲੈਂਦੇ, ਰਾਤ ਹੁੰਦਿਆਂ ਸਾਰ ਆਪਣੇ ਸਾਰੇ ਵਿਹਾਰ ਕਰ ਸੰਕੋਚ ਕੇ ਘਰੋ ਘਰ ਪਹੁੰਚ ਕੇ ਸੌਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਲੋਕੀ। ਹੁਣ ਰਾਤ ਦਾ ਪਹਿਲਾ ਪਹਿਰ ਵੀ ਰੱਬ ਦੇ ਪਿਆਰੇ ਫਿਰ ਏਕਾਂਤ ਜਾਣ ਕੇ ਰੱਬ ਦੀ ਬੰਦਗੀ ਵਿੱਚ ਜੁੜਨ ਵਾਸਤੇ ਨੀਯਤ ਕਰਦੇ। ਜਿਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ ਨਾ, ਉਹਨਾਂ ਦੇ ਜੀਵਨ ਪੜ੍ਹ ਕੇ ਦੇਖੋ, ਉਹ ਰਾਤ ਦਾ ਪਹਿਲਾ ਪਹਿਰ ਵੀ ਸੰਭਾਲਦੇ ਸਨ ਔਰ ਰਾਤ ਦਾ ਪਿਛਲਾ ਪਹਿਰ ਅੰਮ੍ਰਿਤ ਵੇਲਾ ਵੀ ਸੰਭਾਲਦੇ ਸਨ। ਛੋਟੇ ਸੰਤ ਜੀ ਮਹਾਰਾਜ ਕਈ ਵਾਰ ਦੱਸਿਆ ਕਰਦੇ ਵੀ ਜਦੋਂ ਤੋਂ ਅਸੀਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਪਾਸੋਂ ਉਪਦੇਸ਼ ਲਿਆ, ਬਸ ਅਸੀਂ ਆਪਣੇ ਜੀਵਨ ਦਾ ਇੱਕ ਨਿਯਮ ਬਣਾ ਲਿਆ। ਇੱਥੇ ਹੀ ਪਟਿਆਲੇ ਤੋਪਖਾਨੇ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਸਨ, ਗੁਰਦੁਆਰਾ ਮੋਤੀ ਬਾਗ ਦੇ ਨਾਲ
ਇੱਕ ਬੜਾ ਪੁਰਾਣਾ ਸਰੋਵਰ ਹੈ ਸੁਧਾ ਸਰ, ਹੁਣ ਤਾਂ ਅੱਜ ਅਸੀਂ ਸਵੇਰੇ ਦਰਸ਼ਨ ਕਰਕੇ ਆਏ ਹਾਂ ਉੱਥੇ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਬੜਾ ਸੁੰਦਰ ਰਸਤਾ ਬਣਾ ਦਿੱਤਾ ਹੈ ਉੱਥੇ ਸਰੋਵਰ ਤੱਕ ਜਾਣ ਵਾਸਤੇ, ਸਰੋਵਰ ਵੀ ਬੜਾ ਸੋਹਣਾ ਬਣ ਗਿਆ ਹੈ। ਪਹਿਲਾਂ ਉੱਥੇ ਮਹਾਂਪੁਰਖਾਂ ਨੇ, ਬਹੁਤ ਸਾਰੇ ਸਾਧੂਆਂ ਨੇ ਆਪਣੇ ਆਪਣੇ ਥੜੇ ਬਣਾਏ ਹੁੰਦੇ ਸਨ ਉੱਥੇ, ਉਸ ਸਰੋਵਰ ਦੇ ਕਿਨਾਰੇ ਰੱਬ ਦੇ ਵਸਨ, ਰੱਬ ਦੀ ਬੰਦਗੀ ਵਿੱਚ ਜੁੜ ਕੇ ਬੈਠਿਆ ਕਰਦੇ। ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਅਸੀਂ ਉੱਥੇ ਬੈਠ ਕੇ ਸ੍ਰੀ ਦਹਿਰਾ ਸਾਹਿਬ ਦਾ ਪਾਠ ਕਰਦੇ, ਦਿਨੇ ਤੇ ਨੌਕਰੀ ਕਰਨੀ ਸਰਕਾਰੀ, ਰਾਤ ਦੇ ਪਹਿਲੇ ਔਰ ਪਿਛਲੇ ਪਹਿਰ ਦੀ ਆਪਾਂ ਗੱਲ ਕਰ ਰਹੇ ਹਾਂ, ਸ੍ਰੀ ਦਹਿਰਾ ਸਾਹਿਬ ਦਾ ਪਾਠ ਕਰਦੇ ਤੇ ਰਾਤ ਦਾ ਪਹਿਲਾ ਪਹਿਰ ਉੱਥੇ ਰੱਬ ਦੀ ਬੰਦਗੀ ਵੀ ਜੁੜ ਕੇ ਬੈਠਦੇ, ਬੈਠ ਕੇ ਸ਼ਬਦ ਦਾ ਅਭਿਆਸ ਕਰਦੇ, ਫਿਰ ਸਾਰੇ ਸੰਗਤ ਆਰਾਮ ਕਰਨ ਵਾਸਤੇ ਦੇਖੋ ਸਤਿਗੁਰੂ ਜੀ ਨੇ ਦੋ ਪਹਿਰ ਦਿੱਤੇ ਨੇ, 6 ਘੰਟੇ ਬਣ ਜਾਂਦੇ ਨੇ। ਇਹ ਤੋਂ ਵੱਧ ਤੇ ਨੇੜ ਦੀ ਜ਼ਰੂਰਤ ਨਹੀਂ। ਰਾਤ ਦੇ ਪਿਛਲੇ ਪਹਿਰ ਫਿਰ ਸਾਵਧਾਨ ਹੁੰਦੇ ਨੇ ਗੁਰਮੁਖ ਪਰਮੇਸ਼ਰ ਦੇ ਪਿਆਰੇ ਸੰਤ ਜਨ, ਚੌਥਾ ਪਹਿਰ ਸੁਭਾਗ ਹੈ। ਜੋ ਆਪਾਂ ਪਹਿਲਾਂ ਗਿਣਤੀ ਕੀਤੀ ਸੀ ਨਾ, ਲਾ ਕੇ ਦੇਖ ਲਓ ਹਿਸਾਬ ਕਿਤਾਬ, ਚੌਥਾ ਪਹਿਰ ਕਿੰਨੇ ਵਜੇ ਸ਼ੁਰੂ ਹੁੰਦਾ ਹੈ। ਅਗਰ ਮਹਾਂਪੁਰਖ ਤੇ ਉਹਨਾਂ ਦੀ ਨੀਂਦ ਵੀ ਬਹੁਤ ਘੱਟ ਜਾਂਦੀ ਹੈ। ਸੇਵ ਕੀਤੀ ਸੰਤੋਖੀ, ਜਿਹਨੀ ਸੋਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਆ, ਉਹਨੂੰ ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਕੁਦਰਤੀ ਗੱਲ ਹੈ, ਤੁਹਾਡਾ ਭੋਜਨ ਤੁਹਾਡਾ ਆਹਾਰ ਘੱਟ ਜਾਵੇ ਨਾ, ਆਲਸ ਵੀ ਘੱਟ ਹੁੰਦੀ ਹੈ, ਘੱਟ ਨੀਂਦ ਨਾਲ ਵੀ ਗੁਜ਼ਾਰਾ ਹੋ ਜਾਂਦਾ। ਜੇ ਧੜੀਆਂ ਨੂੰ ਖਾ ਕੇ ਸੋਣਾ ਫਿਰ ਅੰਮ੍ਰਿਤ ਵੇਲੇ ਕਿੱਥੋਂ ਜਾਗ ਆਵੇਗੀ, ਜੇ ਆਪ ਨਹੀਂ ਜਾਗਣਾ ਫਿਰ ਕਿਸੇ ਨੂੰ ਜਾਗਣ ਵਾਸਤੇ ਪ੍ਰੇਰਨਾ ਕਿਵੇਂ ਦਿੱਤੀ ਜਾ ਸਕੇਗੀ। ਤੁਹਾਨੂੰ ਮਹਾਂਪੁਰਖ ਜਿਹੜੇ ਰਾਤ ਦਾ ਪਿਛਲਾ ਪਹਿਰ ਵੀ ਔਰ ਰਾਤ ਦਾ ਪਹਿਲਾ ਪਹਿਰ ਵੀ ਸੰਭਾਲਦੇ। ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਅੰਮ੍ਰਿਤ ਵੇਲੇ ਫਿਰ ਅਸੀਂ ਇਸ਼ਨਾਨ ਕਰਕੇ ਉੱਥੇ ਹੀ ਥੜੇ ਉੱਪਰ ਜਾ ਬੈਠਦੇ ਜਿੱਥੇ ਅਸੀਂ ਥਾਂ ਨਿਯਤ ਕੀਤੇ ਸਨ, ਬਲਕਿ ਉਹ ਕਈ ਵਾਰ ਆਪਣੀ ਮੌਜ ਦੇ ਵਿੱਚ ਆ ਕੇ ਵਚਨ ਕਰਿਆ ਕਰਦੇ ਵੀ ਸਾਨੂੰ ਕਈ ਵਾਰ ਇਹੋ ਜਿਹਾ ਆਨੰਦ ਆਉਂਦਾ ਹੈ। ਸ੍ਰੀ ਦਹਿਰਾ ਸਾਹਿਬ ਦਾ ਪਾਠ ਕਰਕੇ ਬੈਠ ਜਾਂਦੇ ਵੀ ਇੱਕ ਪਹਿਰ ਬੈਠ ਕੇ ਇੱਥੇ ਰੱਬ ਦੀ ਬੰਦਗੀ ਵੀ ਜੁੜਾਂਗੇ, ਪਰ ਬੈਠਿਆਂ ਬੈਠਿਆਂ ਰਾਤ ਦੇ ਦੋ ਪਹਿਰ ਗੁਜ਼ਰ ਜਾਂਦੇ, ਪਤਾ ਹੀ ਨਾ ਲੱਗਦਾ ਸਮੇਂ ਦਾ, 3 ਪਹਿਰ ਗੁਜ਼ਰ ਜਾਂਦੇ, ਅੰਮ੍ਰਿਤ ਵੇਲਾ ਹੋ ਜਾਂਦਾ, ਇਸ਼ਨਾਨ ਕਰਕੇ ਫਿਰ ਉੱਥੇ ਚੌਂਕੜਾ ਮਾਰ ਕੇ ਬੈਠ ਜਾਂਦੇ। ਸਾਰੀ ਸਾਰੀ ਰਾਤ ਸਾਡੀ ਇਉਂ ਲੰਘ ਜਾਂਦੀ, ਰੱਬ ਦੀ ਬੰਦਗੀ ਵੀ ਜੁੜਿਆ ਜਿਸ ਤਰ੍ਹਾਂ ਪਾਣੀ ਦੇ ਉੱਪਰ ਫੁੱਲ ਪਿਆ ਹੋਵੇ। ਉਹ ਸਾਰਤਨਤ ਇਹ ਤੇ ਹੈ ਗੁਰਮੁਖਾਂ ਦਾ, ਮਹਾਂਪੁਰਖਾਂ ਦਾ, ਸਾਧੂਆਂ ਦਾ ਜੀਵਨ। ਕਿੰਨੀ ਰੈਨੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਨਾਮ ਪਿਆਰੇ। ਜਦੋਂ ਸੰਸਾਰ ਵਿਦਿਆ ਦੀ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ ਹੁੰਦਾ ਹੈ ਨਾ, ਉਦੋਂ ਪਰਮੇਸ਼ਵਰ ਦੇ ਪਿਆਰੇ ਜਾਗਦੇ ਨੇ, ਵਿਸ਼ੇਸ਼ ਤੌਰ 'ਤੇ ਰਾਤ ਦੇ ਚੌਥੇ ਪਹਿਰ, ਚੌਥਾ ਪਹਿਰ ਸੁਭਾਗ ਹੈ। ਇਹ ਫਾਰਸੀ ਦਾ ਲਫ਼ਜ਼ ਹੈ, ਸ਼ਬਦ ਤੋਂ ਬਣਿਆ, ਸ਼ਬਦ ਨਾਮ ਰਾਤ ਦਾ ਹੈ, ਰਾਤ ਦੇ ਚੌਥੇ ਪਹਿਰ, ਚੌਥੇ ਪਹਿਰ ਸੁਭਾਗ ਹੈ। ਸੁਰਤਿਆਂ ਉਪਜਾ ਚਾਓ, ਸੁਰਤੇ ਆਪ ਜਿਹੜੇ ਸਾਧਕ ਨੇ, ਜਿਹੜੇ ਜਗਿਆਸੂ ਜਣ ਨੇ, ਬੰਦਗੀ ਜੁੜਨ ਵਾਲੇ ਗੁਰਮੁਖ ਜਣ ਨੇ, ਉਹਨਾਂ ਦੇ ਮਨ ਵਿੱਚ ਚਾਓ ਉਤਸ਼ਾਹ ਪੈਦਾ ਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਬੰਦਗੀ ਵੀ ਜੁੜਨ ਦਾ। ਗੁਰਮੁਖਾਂ ਦੇ ਮਨ ਵਿੱਚ ਚਾਓ ਪੈਦਾ ਹੁੰਦਾ, ਆਲਸੀਆਂ ਦੇ ਮਨ ਵਿੱਚ ਨਹੀਂ। ਸੁਰਤਿਆਂ ਉਪਜਾ ਚਾਓ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹੇ ਤੀਜੈ, ਕਰ ਸੰਤਨ ਕਾ ਤੇਰਾ। ਹੇ ਪ੍ਰਭੂ, ਮੇਰਾ ਇਹ ਮਨੋਰਥ ਹੈ, ਮੇਰੀ ਇਹ ਇੱਛਾ ਹੈ, ਮੈਂ ਚਾਹੁੰਦਾ ਹਾਂ ਕਿ ਮੈਂ ਵੀ ਅੰਮ੍ਰਿਤ ਵੇਲੇ ਸਾਵਧਾਨ ਹੋਵਾਂ, ਅੰਮ੍ਰਿਤ ਵੇਲਾ ਸੰਭਾਲਣ ਦੀ ਜਾਚ ਸਿੱਖਾਂ, ਇਸ਼ਨਾਨ ਕਰਕੇ ਪ੍ਰਾਤਹ ਕਾਲ ਲਾਗੋਂ ਗੁਰਚਰਣੀ, ਪ੍ਰਾਤਹ ਕਾਲ ਅੰਮ੍ਰਿਤ ਵੇਲੇ
ਰਾਤ ਦੇ ਚੌਥੇ ਪਹਿਰ ਚਾ ਲਾਂਘੇ ਉੱਠ ਨਾਮ ਜਪ ਇਸ ਬਾਸੁਰ ਆਰਾਧ ਤਾਰਾ ਤੁਝੇ ਨਾ ਵਿਆਪਈ ਨਾਨਕ ਮਿਟੈ ਪਾਤ ਪ੍ਰਤਹ ਕਰ ਲਾਗੋ ਗੁਰੂ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਆ ਰਾਤ ਦੇ ਚੌਥੇ ਪੈਰ ਫਿਰ ਉਹਨਾਂ ਦੇ ਮਨ ਚ ਉਤਸ਼ਾਹ ਪੈਦਾ ਹੁੰਦਾ ਗੁਰਮੁਖਾਂ ਦੇ ਮਨ ਦੇ ਵਿੱਚ ਫਰੀਦਾ ਪਹਿਲੇ ਪਹਿਰੇ ਫੁੱਲੜਾ ਫਲ ਭੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈਂ ਕਨੋ ਦਾਤ ਜਿਹੜੇ ਅੰਮ੍ਰਿਤ ਵੇਲੇ ਬੰਦੇ ਜਾਵੇ ਸਾਈਂ ਕੋਲੋਂ ਲੱਤ ਲੈਣ ਵੇ ਜਿਹੜੇ ਅੰਮ੍ਰਿਤ ਵੇਲੇ ਬੰਦੇ ਜਾਵੇ ਸਾਈਂ ਕੋਲੋਂ ਲੱਤ ਲੈਣ ਵੇ ਸਾਹਮਣੇ ਉਹ ਲਾਲ ਰੱਖੇ ਨੇ ਇਹ ਬੰਦਗੀ ਜੁੜਨ ਵਾਸਤੇ ਤਿਆਰ ਨੇ ਕਹਿ ਰਹੇ ਨੇ ਵੀ ਜਾ ਕੇ ਇਸ਼ਨਾਨ ਕਰ ਬੜਾ ਖਫਾ ਹੁੰਦਾ ਕਿ ਮੈਂ ਤੇ ਸੁੱਤਾ ਹੀ ਰਹਿ ਗਿਆ ਮੈਂ ਤੇ ਰਾਤੀ ਇਹ ਲਾਲ ਖਿਸਕਾਉਣੇ ਸਨ ਪਰ ਕਈ ਦਿਨ ਗੁਜ਼ਰ ਗਏ ਇਹਦਾ ਦਾ ਨਾ ਲੱਗਿਆ ਫਿਰ ਹੌਲੀ ਹੌਲੀ ਇਸਦਾ ਵੀ ਥੋੜ੍ਹਾ ਸੁਭਾਅ ਬਣ ਗਿਆ ਇਹਨੂੰ ਵੀ ਭਗਤ ਸਿਰ ਜਾਗ ਆਉਣ ਲੱਗ ਪਈ ਮਹਾਂਪੁਰਖ ਉੱਠਦੇ ਨੇ ਇਸ਼ਨਾਨ ਕਰਨ ਵਾਸਤੇ ਆਪਣੀ ਤਿਆਰੀ ਕਰ ਲੈਂਦੇ ਨੇ ਇਹ ਸੋਚਦਾ ਵੀ ਹੁਣ ਮਹਾਂਪੁਰਖ ਗਏ ਨੇ ਇਸ਼ਨਾਨ ਕਰਨ ਵਾਸਤੇ ਹੁਣ ਇਹਨਾਂ ਦਾ ਬਿਸਤਰ ਇਹਨਾਂ ਦੀ ਗੱਠੜੀ ਫੁੱਲਾਂ ਫੁੱਲਣੀ ਸ਼ੁਰੂ ਕਰ ਦਿੰਦਾ ਗੱਠੜੀ ਪੱਤਾ ਪੱਤਾ ਛਾਣ ਦਿੰਦਾ ਲਾਲ ਨਹੀਂ ਮਿਲਦੇ ਹਰ ਦਿਨੋਂ ਤੱਕ ਮਹਾਂਪੁਰਖ ਵਾਪਸ ਆਉਂਦੇ ਨੇ ਸਭ ਕੁਝ ਉਸੇ ਤਰ੍ਹਾਂ ਸਮੇਟ ਕੇ ਘੇਸ ਮਾਰ ਕੇ ਪੈ ਜਾਂਦਾ ਹੈ ਮਹਾਂਪੁਰਖ ਆ ਕੇ ਆਵਾਜ਼ ਦਿੰਦੇ ਨੇ ਗੁਰਮੁਖਾ ਸਾਵਧਾਨ ਹੋ ਇਹ ਵੀ ਉੱਠ ਕੇ ਬੈਠ ਜਾਂਦਾ ਹੈ ਇਸ਼ਨਾਨ ਕਰਕੇ ਜਦੋਂ ਤੱਕ ਵਾਪਸ ਆਉਂਦਾ ਹੈ ਮਹਾਂਪੁਰਖ ਬੈਠੇ ਹੁੰਦੇ ਨੇ ਉਹ ਲਾਲ ਸਾਹਮਣੇ ਰੱਖੀ ਇਹ ਬੜਾ ਘੁੱਟਦਾ ਹੈ ਮਨ ਹੀ ਮਨ ਦੇ ਵਿੱਚ ਮੈਂ ਤੇ ਇਹਨਾਂ ਦੀ ਸਾਰੀ ਗੱਠੜੀ ਫੋਲ ਮਾਰੀ ਮੈਨੂੰ ਤੇ ਲਾਲ ਮਿਲੇ ਕੋਈ ਨਹੀਂ ਪਰ ਕਈ ਦਿਨ ਖਫਾ ਹੁੰਦਾ ਰਿਹਾ ਆਪਣੇ ਮਾੜੇ ਮਨੋਰਥ ਵਿੱਚ ਇਸਨੂੰ ਕਾਮਯਾਬੀ ਨਾ ਮਿਲ ਸਕੀ ਅਖੀਰ ਇੱਕ ਦਿਨ ਇਹਦੇ ਸਬਰ ਦਾ ਬੰਧਨ ਟੁੱਟ ਹੀ ਗਿਆ ਕਹਿਣ ਲੱਗਾ ਮਹਾਰਾਜ ਮੈਂ ਤੇ ਕਿਸੇ ਹੋਰ ਮਨੋਰਥ ਦੇ ਨਾਲ ਤੁਹਾਡੇ ਨਾਲ ਰਲਿਆ ਸੀ ਤੁਹਾਡੇ ਪਾਸ ਨੇ ਬੜੇ ਕੀਮਤੀ ਲਾਲ ਵੀ ਮੈਨੂੰ ਕਾਮਯਾਬੀ ਤੇ ਮਿਲ ਨਹੀਂ ਸਕੀ ਪਰ ਆਪ ਕਿਰਪਾ ਕਰਕੇ ਮੈਨੂੰ ਇੰਨੀ ਕੁ ਗੱਲ ਜ਼ਰੂਰ ਦੱਸ ਦਿਓ
ਕਿ ਮੈਂ ਤਾਂ ਸੋਚਿਆ ਜੀ ਤੁਸੀਂ ਬੜੇ ਭੋਲੇ ਭਾਲੇ ਹੋ, ਪਰ ਤੁਸੀਂ ਤੇ ਮੇਰੇ ਵੀ ਪੀਰ ਨਿਕਲੇ। ਵੀ ਤੁਸੀਂ ਲਾਲਚ ਪਾ ਕੇ ਕਿੱਥੇ ਰੱਖਦੇ ਸੀ? ਮੈਂ ਤੇ ਰੋਜ਼ ਤੁਹਾਡੀ ਗੱਠੜੀ ਫਰੋਲ ਮਾਰਦਾ, ਪੱਤਾ ਪੱਤਾ ਛਾਣ ਦਿੰਦਾ। ਜਦੋਂ ਆਪ ਜਾਂਦੇ ਤੁਹਾਡੇ ਪਾਸ ਕੋਈ ਸਾਜੋ ਸਾਮਾਨ ਨਹੀਂ ਸੀ ਹੁੰਦਾ। ਲੁਕ ਛਿਪੇ ਮੈਂ ਛਿਪ ਕੇ ਇੱਕ ਦੋ ਵਾਰ ਦੇਖਣ ਦੀ ਕੋਸ਼ਿਸ਼ ਕੀਤੀ ਹੈ ਵੀ ਉਦੋਂ ਵੀ ਤੁਹਾਡੇ ਪਾਸ ਲਾਲ ਨਹੀਂ ਸੀ ਹੁੰਦੇ। ਬਸ ਮੈਨੂੰ ਇੰਨੀ ਕੁ ਗੱਲ ਜ਼ਰੂਰ ਦੱਸ ਦਿਓ ਵੀ ਤੁਸੀਂ ਉਹ ਲਾਲ ਛੁਪਾ ਕੇ ਕਿੱਥੇ ਰੱਖਦੇ ਸੀ? ਉਹ ਮਹਾਂਪੁਰਖਾਂ ਦੇ ਸੱਜਣਾ, ਵੀ ਤੇਰੀ ਰਫਤਾਰ, ਤੇਰੀ ਗੁਰਤਾਰ, ਤੇਰੀ ਦਸਤਾਰ ਜਾਂ ਤੇਰੇ ਚੱਕਰ ਤਹਿਣ ਦੇਖ ਕੇ ਸਾਨੂੰ ਤੇ ਪਹਿਲੇ ਦਿਨ ਹੀ ਅੰਦਾਜ਼ਾ ਲੱਗ ਗਿਆ ਸੀ ਤੇਰੀ ਮਨੋਵਿਰਤੀ ਕਿਹੋ ਜਿਹੀ ਹੈ। ਅਸੀਂ ਤੈਨੂੰ ਟਾਲਣ ਦੀ ਕੋਸ਼ਿਸ਼ ਵੀ ਕੀਤੀ ਪਰ ਤੈਂ ਹਟ ਕੀਤਾ, ਤੇਰਾ ਮਨੋਰਥ ਕੋਈ ਹੋਰ ਸੀ। ਅਸੀਂ ਇਸ ਗੱਲ ਨੂੰ ਭਲੀ ਪ੍ਰਕਾਰ ਜਾਣਦੇ ਸੀ ਵੀ ਤੂੰ ਚਾਹੁੰਦਾ ਕੀ ਹੈ। ਤੂੰ ਸਾਡੇ ਲਾਲ ਖਸਕਾਉਣਾ ਹੀ ਚਾਹੁੰਦਾ ਸੀ ਨਾ ਵੀ ਸੱਜਣਾ ਤੂੰ ਇੱਕ ਟਪਲਾ ਖਾ ਗਿਆ, ਰੋਜ਼ ਸਾਡੀ ਗੱਠੜੀ ਫਰੋਲਦਾ ਰਿਹਾ। ਜੇ ਕਿਤੇ ਕਿਸੇ ਦਿਨ ਆਪਣੀ ਗੱਠੜੀ ਫਰੋਲ ਲੈਂਦਾ ਨਾ ਤੈਨੂੰ ਕਾਮਯਾਬੀ ਮਿਲ ਜਾਣੀ ਸੀ। ਅਸੀਂ ਰੋਜ਼ ਜਦੋਂ ਤੂੰ ਸੌਂ ਜਾਂਦਾ ਸੀ ਨਾ ਰਾਤ ਵੇਲੇ, ਲਾਲ ਆਪਣੀ ਗੱਠੜੀ ਵਿੱਚੋਂ ਕੱਢ ਕੇ ਤੇਰੇ ਸਿਰਹਾਣੇ ਹੇਠ ਰੱਖ ਦਿੰਦੇ ਸੀ ਔਰ ਨਿਸ਼ਚਿਤ ਹੋ ਜਾਂਦੇ ਸੀ ਵੀ ਹੁਣ ਕੋਈ ਖਤਰਾ ਨਹੀਂ, ਇਹਨੇ ਸਾਡੀ ਗੱਠੜੀ ਫੋੜਨੀ ਹੈ। ਵੀ ਸੱਜਣਾ ਆਪਣੀ ਗੱਠੜੀ ਫੋੜਨ ਦੀ ਜਾਚ ਸਿੱਖ ਲੈ, ਹੁਣ ਸਾਡੇ ਪਾਸ ਆ ਹੀ ਗਿਆ ਨਾ, ਕੁਝ ਗ੍ਰਹਿਣ ਵੀ ਕਰ ਲੈ, ਤੇਰੇ ਕੁਝ ਪੱਲੇ ਵੀ ਪੈਣਾ ਚਾਹੀਦਾ, ਦੂਜਿਆਂ ਦੀਆਂ ਗੱਠੜੀਆਂ ਫੋੜਨੀਆਂ ਛੱਡ ਦੇ। ਉਹ ਸਾਰੀ ਸੰਗਤ ਅਸੀਂ ਆਪਣੇ ਅੰਦਰ ਝਾਤੀ ਮਾਰਨ ਦੀ ਜਾਚ ਹੀ ਨਹੀਂ ਸਿੱਖੀ। ਫਰੀਦ ਜੀ ਜੈਸੇ ਮਹਾਂਪੁਰਖ ਦੁਹਾਈ ਪਾ ਰਹੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਦੇਖ, ਆਪਣੇ ਗਰੀਬਾਨ ਮੈਂ ਸਿਰਨੀਵਾ ਕਰ ਦੇਖ। ਆਪਾਂ ਸੰਗਤ ਵਿੱਚ ਆਉਂਦੇ ਹਾਂ ਨਾ, ਇੱਥੇ ਆਉਣ ਦਾ ਆਪਣਾ ਮਨੋਰਥ ਇਹੋ ਹੀ ਹੈ, ਇੱਥੇ ਆ ਕੇ ਆਪਾਂ ਆਤਮ ਚਿੰਤਨ ਕਰਨਾ, ਆਪਣੇ ਅੰਦਰ ਝਾਤੀ ਮਾਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼ ਅੰਦਰ ਦੇਖਦੇ ਸਹੀ ਨਾ, ਫਿਰ ਪਰੇਸ਼ਾਨੀ ਮੈਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਨਸੀਹਤ ਦੇ ਰਹੇ ਨੇ, ਦੂਸਰਿਆਂ ਨੂੰ ਨਹੀਂ, ਆਪਣੇ ਆਪ ਨੂੰ ਪ੍ਰਸ਼ਨ ਕਰਨ ਦੀ ਜਾਚ ਸਿਖਾ ਰਹੇ ਨੇ। ਇਹ ਸਰੀਰਾ ਮੇਰਿਆ ਕਿਸ ਜਗ ਮੈਂ ਆਇਕ ਹੈ, ਆ ਤੇ ਗਿਆ ਸੰਸਾਰ ਤੇ, ਤੈਨੂੰ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਤਮਾਮ ਦੁਨੀਆਂ ਦੇ ਸਰਦਾਰ ਦੇਹ ਵੀ ਬਖਸ਼ ਦਿੱਤੀ, ਪਰ ਪੁੱਛ ਆਪਣੇ ਆਪ ਨੂੰ ਪ੍ਰਸ਼ਨ ਕਰ ਇਸ ਮਾਨਕ ਤੁਹਾਨੂੰ ਦੇ ਸੰਬੰਧ ਕਰਕੇ ਤਾਂ ਸੰਸਾਰ ਤੇ ਆ ਕੇ ਖੱਟਿਆ ਕੀ ਹੈ, ਕਰਮ ਕਿਹੋ ਜਿਹੇ ਕੀਤੇ ਨੇ? ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕ ਹੈ, ਕਿਆ ਤੂੰ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਇੰਕਿਆ ਤਾ ਕਰਮ ਕਮਾਇਆ ਸਰੀਰਾ ਮੇਰਿਆ, ਕਿਆ ਤਾ ਕਰਮ ਕਮਾਇਆ ਸਰੀਰਾ ਮੇਰਿਆ, ਕਰਮ ਕਮਾਇਆ ਸਰੀਰਾ ਮੇਰਿਆ।
ਰਚਿਆ ਤੇ ਨਹੀਂ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਸ ਪਰਮਾਤਮਾ ਨੇ ਗੰਦਗੀ ਦੇ ਕਿਣਕੇ ਤੋਂ ਤੇਰੀ ਸਿਰਜਣਾ ਕੀਤੀ, ਉਹਨੂੰ ਹਿਰਦੇ ਅੰਦਰ ਥਾਂ ਹੀ ਨਾ ਦਿੱਤੀ ਹੋਵੇ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਖਾਇਆ, ਕਿਤੇ ਮਾਇਆ ਦੇ ਦੇਰੇ ਅਸਰ ਹੋ ਕੇ ਦਸ ਮਾਤ ਮਾਤਾ ਦਸ ਮਾਸ ਮਾਤਾ ਉਰਦ ਰੱਖਿਆ ਬਹੁੜ ਲੱਗ ਗਈ ਮਾਇਆ। ਮਾਤਾ ਕਿਉਂ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਿਸਾਇਆ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਿਰਦੇ ਅੰਦਰ ਕਿਵੇਂ ਵਸੇਗਾ? ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਸ਼ਰਨ ਅਖਤਿਆਰ ਕਰਨੀ ਪਵੇਗੀ। ਗੁਰੂ ਪ੍ਰਸਾਦੀ ਹਰ ਮਨ ਵਸਿਆ, ਪਰ ਗੁਰੂ ਦਾ ਮਿਲਾਪ ਆਉਂਦਾ ਪੂਰਵ ਲਿਖਿਆ ਪਾਇਆ, ਪੂਰਵਲੇ ਪੁੰਨ ਕਰਮਾਂ ਦਾ ਫਲ। ਪੂਰਵ ਕਰਮ ਅੰਕੁਰ ਦਵ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿੱਠੇ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਵੇ। ਜੋ ਗੁਰੂ ਦਾ ਮਿਲਾਪ ਹੋ ਜਾਵੇ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਨ ਕਰਦੇ ਨੇ, ਸਰੀਰ ਸਫਲਾ ਹੋ ਜਾਂਦਾ ਹੈ, ਮਨ ਤਨ ਧਾਰਿਆ ਸਫਲਾ ਹੋ ਜਾਂਦਾ ਹੈ, ਜਿਨ ਸਤਿਗੁਰ ਸਿਆਂ ਚੁੱਕ ਲਾਇਆ, ਜਿਨ੍ਹਾਂ ਨੇ ਗੁਰੂ ਕੀ ਪਵਿੱਤਰ ਬਾਣੀ ਔਰ ਗੁਰੂ ਕੇ ਪਵਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ, ਆਪਣੀ ਚਿੱਤ ਵਿਰਤੀ ਗੁਰੂ ਚਰਨਾਂ ਦੇ ਨਾਲ ਜਿਨ੍ਹਾਂ ਨੇ ਜੋੜ ਦਿੱਤੀ ਹੈ। ਆਓ ਸਾਰ ਸੰਗਤ ਆਪ ਗੁਰਮੁਖ ਮਾਈ ਭਾਈ, ਪਿਛਲੇ ਇੱਕ ਹਫ਼ਤੇ ਤੋਂ ਮੁੱਖ ਬਾਤ ਰੋਜ਼ਾਨਾ ਇੱਥੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਭਰਪੂਰ ਹਾਜ਼ਰੀਆਂ ਭਰਦੇ ਰਹੇ ਹੋ, ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਆਪ ਸਭਨਾਂ ਨੇ ਆਪਣਾ ਸਮਾਂ ਸਫਲ ਬਣਾਇਆ। ਮਹਾਂਪੁਰਖਾਂ ਨੇ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪਰੰਪਰਾ ਪ੍ਰਚਲਿਤ ਕੀਤੀ। ਆਪਾਂ ਉਹਨਾਂ ਦੀ ਯਾਦ ਵਿੱਚ ਬੈਠ ਕੇ ਉਹਨਾਂ ਦੀ ਚਲਾਈ ਪਰੰਪਰਾ ਅਨੁਸਾਰ ਆਪਣਾ ਸਮਾਂ ਔਰ ਸਵਾਸ ਲੇਖੇ ਵਿੱਚ ਲਾਏ ਨੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਗੁਰਮਤਿ ਦੀਆਂ ਵਿਚਾਰਾਂ ਆਪਣੇ ਹਿਰਦੇ ਅੰਦਰ ਵਸ ਜਾਣ, ਜਿਸ ਕਰਕੇ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਸੁਖੀ ਔਰ ਲੋਕ ਸੋਹਿਲਾ ਬਣਾ ਸਕੀਏ। ਆਓ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਨੂੰ ਗੱਜ ਵੱਜ ਕੇ ਗੁਰੂ ਸਤੂਤਰ ਪੜ੍ਹੋ, ਫਿਰ ਅਰਦਾਸ ਸਾਵਧਾਨ ਹੋਣਾ। ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚੱਲਦੇ ਪਾਉਂਦੇ। ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓ ਠਾਕੁਰ ਤੁਮ